ਵੈਲਕਮ ਬੈਕ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ। ਅੱਜ ਇੱਕ ਪੰਜਾਬ ਸਰਕਾਰ ਦੁਆਰਾ ਨਵੀਂ ਖੁਸ਼ਖਬਰੀ ਜਾਰੀ ਕੀਤੀ ਗਈ ਆ। ਉਹ ਖੁਸ਼ਖਬਰੀ ਹੈ ਕੀ ਆ ਵੀ ਕਾਫੀ ਅਰਸੇ ਤੋਂ ਬਾਅਦ ਜਿਹੜੀਆਂ ਗਰੁੱਪ ਡੀ ਦੀਆਂ ਪੋਸਟਾਂ ਕਿਸੇ ਸਰਕਾਰਾਂ ਨੇ ਕੱਢੀਆਂ ਨਹੀਂ ਸੀਗੀਆਂ, ਉਹ ਭਗਵੰਤ ਮਾਨ ਸਰਕਾਰ ਨੇ ਗਰੁੱਪ ਡੀ ਦੀਆਂ ਅਸਾਮੀਆਂ ਜਿਹੜੀਆਂ ਅਨਾਊਂਸ ਕੀਤੀਆਂ ਨੇਗੀਆਂ। ਇਹ ਜਿਹੜੀਆਂ ਗਰੁੱਪ ਡੀ ਦੀਆਂ ਅਸਾਮੀਆਂ ਨੇਗੀਆਂ ਸੇਵਾਦਾਰ ਅਤੇ ਚੌਂਕੀਦਾਰ ਦੀਆਂ, ਠੀਕ ਹੈ ਜੀ, ਜਿਹਦੇ ਵਿੱਚ ਕੁਆਲੀਫਿਕੇਸ਼ਨ ਰਹਿਣ ਵਾਲੀ ਅੱਠਵੀਂ ਪਾਸ ਅਤੇ ਜਿਹੜਾ ਜਰਨਲ ਵਰਗ ਦੇ 35 ਸਾਲ ਦੀ ਉਮਰ ਅਤੇ ਐੱਸ ਸੀ ਵਰਗ ਜਿਹੜਾ 40 ਸਾਲ ਦੀ ਭਰ ਸਕਦੀਆਂ ਇਹ ਪੋਸਟਾਂ। ਅਤੇ ਜਿਹੜੇ ਬੱਚੇ ਗੌਰਮੈਂਟ ਜੋਬ ਲੱਗਣਾ ਚਾਹੁੰਦੇ ਨੇ ਬਟ ਕੁਆਲੀਫਿਕੇਸ਼ਨ ਉਹਨਾਂ ਦੀ ਘੱਟ ਆ, ਤਿਆਰੀ ਕਰਕੇ ਨੌਕਰੀ ਲੱਗਣਾ ਚਾਹੁੰਦੇ ਨੇ, ਉਹ ਸਾਡੇ ਕੋਲ ਆਓ ਅਤੇ ਅਸੀਂ ਤੁਹਾਨੂੰ ਗੌਰਮੈਂਟ ਜੋਬ 'ਤੇ ਲਵਾਉਣਵਾਂਗੇ ਅਤੇ ਤੁਸੀਂ ਤਿਆਰੀ ਕਰਨੀ ਪੈਣੀ ਆ ਤੁਹਾਤੋਂ, ਠੀਕ ਹੈ ਜੀ। ਇਹ ਹੈ ਕੀ ਆ ਅਸਾਮੀਆਂ ਪੋਸਟਾਂ, ਇਸ਼ਤਿਹਾਰ ਪ੍ਰਕਾਸ਼ਿਤ ਜਿਹੜਾ ਹੋਣਾ ਗਾ ਇਹ ਸਾਡੇ ਕੋਲ ਹੋਣਾ ਗਾ 23/8 ਨੂੰ, ਠੀਕ ਹੈ ਜੀ। ਅਤੇ ਔਨਲਾਈਨ ਜਿਹੜੀ ਹੋਣਾ ਗਾ ਇਹ 26/8 ਨੂੰ। ਅਤੇ ਸਬਮਿਟ ਕਿੰਨੇ ਤੱਕ ਕਰ ਸਕਦੇ ਹੋ ਤੁਸੀਂ, ਲਾਸਟ ਡੇਟ ਕੀ ਆ 24/9, ਠੀਕ ਹੈ ਜੀ। ਅਤੇ ਫੀਸ ਭਰਨ ਦੀ ਮਿਤੀ ਆ ਜਿਹੜੀ ਉਹ ਹੈਗੀ ਆ 27/9। ਇਹ ਜਿਹੜਾ ਫੀਸ ਭਰਨ ਦਾ ਇਸ਼ੂ ਹੁੰਦਾ, ਜਦੋਂ ਤੁਸੀਂ ਅਪਲਾਈ ਕਰਦੇ ਹੋ 2 ਦਿਨ ਬਾਅਦ ਫੀਸ ਭਰਨੀ ਪੈਂਦੀ ਆ। ਕਈ ਬੱਚੇ ਭੁੱਲ ਜਾਂਦੇ ਨੇ ਵੀ ਫੀਸ ਅਸੀਂ ਭਰਤੀ ਜੀ, ਪਰ ਉਹ ਕੰਮ ਨਹੀਂ ਕਰਨਾ, ਕੈਫੇ 'ਤੇ ਪਹਿਲਾਂ ਜਾਓ ਭਰੋ, ਉਦੋਂ ਬਾਅਦ 2 ਦਿਨ ਬਾਅਦ ਫੀਸ ਸਬਮਿਟ ਹੁੰਦੀ ਹੁੰਦੀ ਆ, ਫੀਸ ਸਬਮਿਟ ਕਰਨੀ ਨਹੀਂ ਭੁੱਲਣੀ, ਠੀਕ ਹੈ ਜੀ। ਅਤੇ ਜਿਹੜਾ ਇਹ PSSSB ਬੋਰਡ ਆ ਇਹ ਸਾਡੇ ਕੋਲ ਪੰਜਾਬ ਦੇ ਜਿਹੜੇ ਪੇਪਰ ਨੇ ਉਹ ਕੰਡਕਟ ਕਰਵਾਉਂਦਾ ਗਾ, ਠੀਕ ਹੈ ਜੀ। ਇਹ ਅਸਾਮੀਆਂ ਦੀ ਜਿਹੜੀ ਗਿਣਤੀ ਆ ਸਾਡੇ ਕੋਲ ਉਹ ਅਲੱਗ ਅਲੱਗ ਅਸਾਮੀਆਂ ਅਲੱਗ ਅਲੱਗ ਨੇਗੀਆਂ, ਇਹ ਜਿਹੜੀਆਂ ਸੇਵਾਦਾਰ ਦੀਆਂ ਅਸਾਮੀਆਂ ਨੇਗੀਆਂ, ਠੀਕ ਹੈ, ਸਾਡੇ ਕੋਲ ਸੇਵਾਦਾਰ ਦੀਆਂ ਅਸਾਮੀਆਂ ਨੇਗੀਆਂ, ਉਹ ਕੈਟਾਗਰੀ ਵਾਈਜ਼ ਨੇਗੀ ਜਿਹੜੀਆਂ, ਠੀਕ ਹੈ। ਉਹ ਕੈਟਾਗਰੀ ਵਾਈਜ਼ ਕਿੰਨੀਆਂ ਕਿੰਨੀਆਂ ਨੇ ਆਪਾਂ ਟੋਟਲ ਕਰ ਦਿਆਂਗੇ, ਟੋਟਲ ਕਿੰਨੀਆਂ ਜਿਵੇਂ ਜਰਨਲ ਵਰਗ ਦੀਆਂ ਕਿੰਨੀਆਂ ਅਸਾਮੀਆਂ ਨੇ ਸਾਡੇ ਕੋਲ, 53, ਠੀਕ ਹੈ ਜੀ। ਉਸੇ ਤਰ੍ਹਾਂ ਇਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗਾ, ਜਿਹੜੀਆਂ ਟੋਟਲ ਅਸਾਮੀਆਂ ਕਰੀਏ ਆਪਾਂ, ਟੋਟਲ ਅਸਾਮੀਆਂ 150 ਨੇ, 150 ਬੰਦਾ ਜਿਹੜਾ ਸੇਵਾਦਾਰ ਰੱਖਿਆ ਜਾਊਗਾ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਚੌਂਕੀਦਾਰ ਦੀਆਂ ਜਿਹੜੀਆਂ ਅਸਾਮੀਆਂ ਟੋਟਲ ਕਿੰਨੀਆਂ ਨੇ ਇਹ ਉਸੇ ਤਰ੍ਹਾਂ ਸਾਡੇ ਕੋਲ, ਬੈਕਲੋਗ ਦੀਆਂ ਅਸਾਮੀਆਂ ਵੀ ਹੈਗੀਆਂ ਨੇ, ਇਹ 22 ਅਸਾਮੀਆਂ ਨੇਗੀਆਂ। ਹੁਣ ਜਿਹੜੇ ਬੰਦੇ ਤਿਆਰੀ ਕਰਨਗੇ 22 ਸਾਡੇ ਕੋਲ, ਉਹ ਚੌਂਕੀਦਾਰ ਲੱਗ ਜਾਣਗੇ, 150 ਸਾਡੇ ਕੋਲ ਸੇਵਾਦਾਰ ਲੱਗ ਜਾਣਗੇ। ਬਟ ਜਿਹੜੇ ਬੱਚੇ ਕੀ ਕਰਨਗੇ, ਤਿਆਰੀ ਕਰਨਗੇ। ਹੁਣ ਅੱਗੇ ਜਿਹੜੀਆਂ ਇਹਨਾਂ ਦੀਆਂ ਆਪਾਂ ਯੋਗਤਾ ਵਗੈਰਾ ਕੀ ਰੱਖੀ ਗਈ ਆ ਸਰਕਾਰ ਦੁਆਰਾ ਉਹ ਦੇਖ ਲੈਂਦੇ ਹਾਂ, ਠੀਕ ਹੈ। ਇਹ ਕੈਟਾਗਰੀ ਦੇ ਕੋਡ ਵਗੈਰਾ ਨੇ, ਇਹ ਨਹੀਂ ਤੁਸੀਂ ਕਰਨਾ, ਕੁਆਲੀਫਿਕੇਸ਼ਨ 'ਤੇ ਆ ਜਾਂਦੇ ਹਾਂ। ਹੁਣ ਕੁਆਲੀਫਿਕੇਸ਼ਨ ਕੀ ਹੈ ਦੀ, ਕੁਆਲੀਫਿਕੇਸ਼ਨ ਸਾਡੇ ਕੋਲ ਮਿਡਲ ਸਟੈਂਡਰਡ, ਠੀਕ ਹੈ ਜੀ, 8ਵੀਂ ਪਾਸ ਹੋਣੀ ਚਾਹੀਦੀ ਆ, 16 ਸਾਲ ਤੋਂ ਉਮਰ ਘੱਟ ਹੋਣੀ ਚਾਹੀਦੀ ਆ, ਠੀਕ ਹੈ। ਪੰਜਾਬੀ ਦੇ ਵਿੱਚ ਸਬਜੈਕਟ ਪੰਜਾਬੀ ਕੰਪਲਸਰੀ ਆ, ਠੀਕ ਹੈ ਜੀ, ਇਹ ਕੁਆਲੀਫਿਕੇਸ਼ਨ ਹੈ ਕਿ ਇਹਦੀ। ਇਸ ਤੋਂ ਬਾਅਦ ਜਿਹੜਾ ਰਾਖਵਾਂਕਰਨ ਹੈਗਾ ਉਹ ਸਾਡੇ ਕੋਲ ਐੱਸਸੀ BC ਲਈ ਕਿੰਨੇ ਕਿੰਨੇ ਆ ਸਾਡੇ ਕੋਲ, ਉਹ ਕਰਦੇ ਹਾਂ ਆਪਾਂ, ਤਨਖਾਹ ਸਕੇਲ ਕਿੰਨੀ ਹੈਗੀ। ਹੁਣ ਚੌਂਕੀਦਾਰ ਸੇਵਾਦਾਰ ਇਹਨਾਂ ਦੀ ਤਨਖਾਹ ਜਿਹੜੀ ਆ ਸਾਡੇ ਕੋਲ 18,000 ਸਾਡੇ ਕੋਲ ਤਨਖਾਹ ਹੈਗੀ ਇਹਨਾਂ ਦੀ, ਠੀਕ ਹੈ ਜੀ। ਭੱਤੇ ਪੁੱਤੇ ਲਾ ਕੇ ਲੱਗੂਗਾ ਸਾਰਾ ਕੁਛ, 18,000 ਥੋੜ੍ਹੀ ਨਹੀਂ ਹੁੰਦੀ। ਅਤੇ ਜਿਹੜਾ ਬੱਚਾ 8ਵੀਂ ਪਾਸ ਆ ਉਹ ਵੀ ਇਹ ਪੋਸਟ ਅਪਲਾਈ ਕਰ ਸਕਦਾ ਅਤੇ ਲੱਗ ਸਕਦਾ ਜੋਬ 'ਤੇ, ਕਲੀਅਰ ਹੈ ਜੀ। ਅਤੇ ਉਮਰ ਸੀਮਾ ਕਿੰਨੀ ਆ, ਉਮਰ ਸੀਮਾ ਪਹਿਲਾਂ ਬੱਚੇ ਪੁੱਛਦੇ ਹੁੰਦੇ ਨੇ ਵੀ ਉਮਰ ਦੱਸੋ ਜੀ ਕਿੰਨੀ ਆ, ਘੱਟ ਤੋਂ ਘੱਟ ਤੁਹਾਡੀ ਉਮਰ ਆ ਜਿਹੜੀ 16 ਸਾਲ ਹੋਣੀ ਚਾਹੀਦੀ ਆ,
ਠੀਕ ਹੈ। ਅਤੇ ਜਿਹੜੀ ਵੱਧ ਤੋਂ ਵੱਧ ਤੁਹਾਡੀ ਉਮਰ ਆ ਗਈ ਉਹ 35 ਸਾਲ ਹੋਣੀ ਚਾਹੀਦੀ ਆ ਜਨਰਲ ਵਰਗ ਦੀ। ਅਤੇ ਐਸਸੀ ਵਰਗ ਦੀ ਗੱਲ ਕਰ ਲਈਏ ਤਾਂ ਐਸਸੀ ਵਰਗ ਦੀ ਜਿਹੜੀ ਉਮਰ ਆ ਗਈ ਉਹ 5 ਸਾਲ ਉੱਪਰ ਛੋਟ ਹੁੰਦੀ ਹੈ, 40 ਸਾਲ ਹੋਣੀ ਚਾਹੀਦੀ ਆ। ਠੀਕ ਹੈ, ਕੇਂਦਰੀ ਕਰਮਚਾਰੀ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇਗੇ ਆਰਮੀ ਵਾਲੇ ਉਹਨਾਂ ਦੀ 45 ਸਾਲ ਤੱਕ ਆ, ਠੀਕ ਹੈ ਜੀ। ਬਾਕੀ ਉਮਰ ਸੀਮਾ ਜਿਹੜੇ ਜਿਵੇਂ ਤੁਸੀਂ ਕੈਟਾਗਰੀ ਦੇ ਸਕੇ ਉਸ ਹਿਸਾਬ ਨਾਲ ਤੁਹਾਨੂੰ ਮਿਲੀ ਜਾਣੀ ਹੈਗੀ, ਠੀਕ ਹੈ। ਫੀਸ ਦਾ ਵੇਰਵਾ ਸਾਡੇ ਕੋਲ, ਫੀਸ ਕਿੰਨੀ ਹੈਗੀ ਇਹਨਾਂ ਦੀ, ਜਨਰਲ ਵਰਗ ਦੀ ਜਿਹੜੀ ਫੀਸ ਆ ਉਹ 1000 ਰੁਪਏ ਹੈਗੀ, ਐਸ ਸੀ ਦੀ, ਬੀ ਸੀ ਦੀ, ਅਤੇ ਈ ਡਬਲਿਊ ਐੱਸ ਆ ਜਿਹੜਾ, ਠੀਕ ਹੈ, ਅਤੇ ਫੌਜੀ ਜੀ ਨੇ ਜਿਹੜੇ ਉਹਨਾਂ ਦੀ ਸਾਡੇ ਕੋਲ 250 ਆ ਕਮਜ਼ੋਰ ਵਰਗ ਦੀ, ਸਾਬਕਾ ਫੌਜੀ ਵਾਲੀ ਆ ਜਿਹੜੀ 200 ਆ, ਠੀਕ ਆ, ਦਿਵਿਆਂਗ ਨੇ ਜਿਹੜੇ ਉਹਨਾਂ ਦੀ ਕਿੰਨੀ ਹੈਗੀ 500 ਆ, ਠੀਕ ਹੈ ਜੀ। ਇਹ ਸਾਡੇ ਕੋਲ ਫੀਸ ਦਾ ਕਰੀਰੀਆ। ਅਤੇ ਚੋਣ ਵਿਧੀ ਕਿਵੇਂ ਆ, ਚੋਣ ਵਿਧੀ ਸਾਡੇ ਕੋਲ ਦੋ ਪੇਪਰ ਹੋਣਗੇ, ਪਹਿਲਾਂ ਪੰਜਾਬੀ ਦਾ ਪੇਪਰ ਹੋਊਗਾ, ਠੀਕ ਹੈ, ਪੰਜਾਬੀ ਦਾ ਪੇਪਰ ਹੋਊਗਾ ਜਿਹੜਾ ਸਿਰਫ ਕੁਆਲੀਫਾਈਡ ਨੇਚਰ ਹੋਊਗਾ, ਇਹ ਪੇਪਰ ਜਿਹਨੂੰ ਕਿਹਾ ਗਿਆ ਹੈਗਾ। ਦੂਜਾ ਪੇਪਰ ਕਿਹੜਾ ਹੋਊਗਾ ਸਾਡੇ ਕੋਲ, ਪਹਿਲੇ ਪੇਪਰ 'ਚੋਂ 50% ਨੰਬਰ ਲੈਣੇ ਜ਼ਰੂਰੀ ਹੁੰਦੇ ਨੇ, ਤਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਰ ਦਿੱਤਾ ਗਿਆ ਹੈਗਾ। ਜਿਹੜੇ ਹੁਣ 8ਵੀਂ ਪਾਸ ਬੱਚੇ ਪੇਪਰ ਦੀ ਪੋਸਟ ਭਰਨ ਅਪਲਾਈ ਕਰਨਗੇ ਉਹਨਾਂ ਨੂੰ ਦੱਸਦਾ ਪੰਜਾਬੀ ਕੰਪਲਸਰੀ ਆ, 50 ਨੰਬਰ, ਜੇ 50 ਨੰਬਰ ਦਾ ਪੇਪਰ ਆ ਤਾਂ 25 ਨੰਬਰ ਲੈਣੇ ਕੀ ਆ, ਜ਼ਰੂਰੀ ਆ, ਠੀਕ ਹੈ ਜੀ। ਦੂਜਾ ਪੇਪਰ ਆ ਜਿਹੜਾ ਸਾਡੇ ਕੋਲ ਉਹੀ ਦੂਜੇ ਦੀ ਮੈਰਿਟ ਬਣੂਗੀ, ਜੀ ਕੇ, ਰੀਜਨਿੰਗ, ਮੈਥ, ਸਾਰਾ ਕੁਛ ਹੋਊਗਾ, ਠੀਕ ਹੈ ਜੀ। ਲਿਖਤੀ ਪੇਪਰ ਮੈਰਿਟ ਦੇ ਆਧਾਰ 'ਤੇ ਸਾਡੇ ਕੋਲ ਚੋਣ ਹੋਊਗੀ। ਅਤੇ ਅਪਲਾਈ ਆ ਜਿਹੜੀ SSSBpunjab.government.in 'ਤੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ, ਕਿਸੇ ਵੀ ਕੈਫੇ 'ਤੇ ਚਲੇ ਜਾਓ, ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਜਾਂ ਅਕੈਡਮੀ ਦੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਲਓ, ਅਕੈਡਮੀ 'ਚ ਵੀ ਆ ਕੇ ਤੁਸੀਂ ਅਪਲਾਈ ਕਰ ਸਕਦੇ ਹੋ, ਅਤੇ ਜੁਆਇਨ ਕਰੋ ਅਕੈਡਮੀ ਨੂੰ ਜੇ ਤੁਸੀਂ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹੋ। ਭਗਵੰਤ ਮਾਨ ਸਰਕਾਰ ਨੇ ਜਿਹੜੀਆਂ ਪੋਸਟਾਂ ਦੀ ਅਨਾਊਂਸਮੈਂਟ ਕੀਤੀ ਹੈਗੀ, ਠੀਕ ਹੈ ਜੀ। ਇਹ ਸਾਡੇ ਕੋਲ ਸੀਗਾ ਸੇਵਾਦਾਰ ਅਤੇ ਚੌਂਕੀਦਾਰ ਦੀਆਂ ਪੋਸਟਾਂ, ਜ਼ਰੂਰੀ ਹਦਾਇਤਾਂ ਵਗੈਰਾ ਇਹ ਬਾਅਦ ਦੇ ਵਿੱਚ ਪੜ੍ਹਨ ਵਾਲੀਆਂ ਹੁੰਦੀਆਂ ਨੇ, ਠੀਕ ਹੈ। ਇਹ ਜਿੱਦਾਂ ਵੀ ਨੋਟੀਫਿਕੇਸ਼ਨ ਤੁਹਾਨੂੰ ਭਰੋਂਗੇ ਉੱਥੇ ਤੁਹਾਨੂੰ ਪਤਾ ਲੱਗ ਜੂਗਾ। ਛੋਟੀ ਤੋਂ ਛੋਟੀ ਜਾਣਕਾਰੀ ਲਈ ਤੁਸੀਂ ਅਕੈਡਮੀ ਦੇ ਉੱਤੇ ਨੰਬਰਾਂ 'ਤੇ ਸੰਪਰਕ ਵੀ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਪੋਸਟਾਂ ਜ਼ਰੂਰ ਭਰੋ ਅਤੇ ਤਿਆਰੀ ਅੱਜ ਤੋਂ ਹੀ ਸਟਾਰਟ ਕਰੋ ਜੇ ਤੁਸੀਂ ਆਪਣੇ ਸੁਪਨੇ ਪੋਸਟਾਂ ਗੌਰਮੈਂਟ ਜੋਬ ਪ੍ਰਾਪਤ ਕਰਨਾ ਚਾਹੁੰਦੇ ਹੋ। ਧੰਨਵਾਦ ਜੀ।